ਲੋ ਜੀ ਹੋ ਚੁੱਕੀ ਹੈ ਤਿਆਰੀ ਮੇਰੀ ਕੈਨੇਡਾ ਤੋਂ ਇੰਡੀਆ ਜਾਣ ਵਾਸਤੇ ਤੇ ਮੇਰੇ ਦੀਦੀ ਹੁਣੀ ਸਮਾਨ ਵਗੈਰਾ ਸਾਰਾ ਰੱਖਦੇ ਪਏ ਨੇ ਅਟੈਚੀ ਵਗੈਰਾ ਤੇ ਉਹਨਾਂ ਦਾ ਬੇਟਾ ਉਹਨਾਂ ਦੀ ਹੈਲਪ 'ਚ ਉਹਨਾਂ ਦੇ ਨਾਲ ਸਮਾਨ ਰੱਖਦਾ ਪਿਆ ਛੋਟਾ ਬੇਟਾ ਵੱਡਾ ਬੇਟਾ ਇਹ ਦੋਨੋਂ ਬੇਟੇ ਨੇ ਮੇਰੀ ਦੀਦੀ ਦੇ ਜਿਵੇਂ ਕਿ ਭਾਜੀ ਹੁਣੀ ਮੈਨੂੰ ਤੋਰਨ ਵਾਸਤੇ ਬਾਹਰ ਖੜ੍ਹੇ ਨੇ ਅਤੇ ਆਹ ਛੋਟਾ ਬੇਟਾ ਸਾਡੇ ਨਾਲ ਜਾਊਗਾ ਅਤੇ ਆਪਾਂ ਰੈਡੀ ਹਾਂ। ਮੈਂ ਜਾ ਰਹੀ ਹਾਂ ਕੈਨੇਡਾ ਤੋਂ ਇੰਡੀਆ ਵਾਪਸ। ਕਾਫੀ ਜ਼ਿਆਦਾ ਕਨਫਿਊਜ਼ ਹੁੰਦਾ ਬੰਦਾ ਜਦੋਂ ਆਪਣੇ ਭੈਣ ਭਰਾ ਤੋਂ ਵੱਖ ਹੁੰਦਾ। ਮੈਂ ਆਪਣੀ ਸਿਸਟਰ ਨੂੰ ਮਿਲਦੀ ਪਈ ਹਾਂ ਅਤੇ ਆਹ ਮੇਰੀ ਦੀਦੀ ਦਾ ਬੇਟਾ ਵਾ ਅਤੇ ਸਮਝ ਨਹੀਂ ਆਉਂਦੀ ਪਈ ਵੀ ਕੀ ਕਰੀਏ ਕਿੱਦਾਂ ਮਿਲੀਏ। ਮੀਨਸ ਕਾਫੀ ਕਨਫਿਊਜ਼ ਹੁੰਦਾ ਬੰਦਾ ਜਦੋਂ ਜਾ ਰਿਹਾ ਹੁੰਦਾ ਕਿਤੇ ਅਤੇ ਆਪਾਂ ਲਾਈਨ 'ਚ ਲੱਗੇ ਸੀ। ਪਹਿਲੀ ਵਾਰੀ ਆਉਣ ਕਰਕੇ ਮੈਨੂੰ ਕਾਫੀ ਨੌਲੇਜ ਹੋ ਚੁੱਕੀ ਸੀ ਪਰ ਫਿਰ ਵੀ ਦੀਦੀ ਨਾਲ ਕਹੀ ਜਾ ਰਹੇ ਸੀ ਇੱਧਰ ਨੂੰ ਜਾ ਉੱਧਰ ਨੂੰ ਜਾ। ਮੈਂ ਕਿਹਾ ਹੁਣ ਸਾਨੂੰ ਸਾਰਾ ਪਤਾ, ਫਸਟ ਟਾਈਮ ਮੈਨੂੰ ਪ੍ਰੋਬਲਮ ਆਈ ਸੀ ਜਾਣ 'ਚ ਅਤੇ ਹੁਣ ਜਦੋਂ ਮੈਂ ਗਈ ਸੀ ਉਦੋਂ ਪ੍ਰੋਬਲਮ ਆਈ ਸੀ, ਜਦੋਂ ਆਈ ਉਦੋਂ ਤਾਂ ਈਜ਼ਲੀ ਮੈਂ ਆ ਗਈ, ਮੈਨੂੰ ਸਾਰਾ ਕੁਝ ਪਤਾ ਸੀ ਅਤੇ ਵਧੀਆ ਰਿਹਾ। ਵੈਸੇ ਮੇਰਾ ਮਿਲਾਨ ਦਾ ਸਟੇ ਸੀ ਟਰਾਂਟੋ ਤੋਂ ਅਤੇ ਉਸ ਸਟੇ 'ਚ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਪਹਿਲਾਂ ਤਾਂ ਲੋਕਾਂ ਨੂੰ ਪੁੱਛੀਦਾ ਹੀ ਜਦੋਂ ਗਏ ਆਉਂਦੇ ਵਕਤ, ਸਾਡਾ ਆਪਣਾ ਇੰਨਾ ਕੁ ਐਕਸਪੀਰੀਅੰਸ ਹੋ ਗਿਆ ਕਿ ਅਸੀਂ ਲੋਕਾਂ ਨੂੰ ਦੱਸੀ ਦੱਸ ਵੀ ਇੱਧਰ ਤੋਂ ਜਾਓ ਅਤੇ ਇੱਥੇ ਸਾਡਾ ਵੇਟ ਵਗੈਰਾ ਤਾਂ ਹੋ ਚੁੱਕਿਆ, ਬਸ ਉਹਨਾਂ ਪਰਸ ਵਗੈਰਾ ਬੈਗ ਵਗੈਰਾ ਸਕੈਨ ਕਰਨਾ ਅਤੇ ਮੇਰਾ ਧਿਆਨ ਪਿੱਛੇ ਵੀ ਸੀ ਅਤੇ ਅੱਗੇ ਵੀ ਸੀ। ਅੱਗੇ ਮੈਂ ਸਮਾਨ ਚੈੱਕ ਕਰਵਾਉਣਾ ਸੀ ਅਤੇ ਪਿੱਛੇ ਮੇਰੇ ਦੀਦੀ ਹੋਣੀ ਸੀ। ਦੇਖ ਲਓ ਜੀ, ਇੱਕ ਪਲ ਪਿੱਛੇ ਨੂੰ ਵੇਖੀਦਾ ਸੀ, ਇੱਕ ਪਲ ਅੱਗੇ ਨੂੰ ਵੇਖੀਦਾ ਸੀ। ਅੱਗੇ ਸਾਡਾ ਜਾ ਛੁੱਟ ਜਾਣਾ, ਪਿੱਛੇ ਸਾਡੇ ਦੀਦੀ ਹੋਣੀ ਛੁੱਟਣ ਡੇ ਸਾਡੇ ਤੋਂ। ਪਰ ਆਪਾਂ ਦੋਵਾਂ ਚੀਜ਼ਾਂ ਨੂੰ ਕਵਰ ਕਰਨਾ ਸੀ ਕਿਉਂਕਿ ਪਿੱਛੇ ਵੀ ਧਿਆਨ ਦਿੰਦਾ ਅਤੇ ਅੱਗੇ ਜਾਣਾ ਹੁੰਦਾ, ਉਹਦੇ ਕਰਕੇ ਵੀ ਥੋੜ੍ਹੀ ਬੰਦੇ ਨੂੰ ਕੇਅਰ ਕਰਨੀ ਪੈਂਦੀ ਕਿ ਅਸੀਂ ਅੱਗੇ ਜਾਣਾ, ਸਮਾਨ ਵਗੈਰਾ ਸਕੈਨ ਕਰਵਾਉਣਾ ਅਤੇ ਵੇਟ ਵਗੈਰਾ। ਤਾਂ ਦੀਦੀ ਉਹਨਾਂ ਨੇ ਆਲਰੇਡੀ ਪਹਿਲਾਂ ਤੋਂ ਸਾਰਾ ਕਰਵਾ ਚੁੱਕਿਆ ਸੀ। ਕਨੇਡਾ ਦੇ ਏਅਰਪੋਰਟ 'ਤੇ ਤੁਸੀਂ ਅੰਦਰ ਜਾ ਕੇ ਵੇਟ ਕਰਵਾ ਸਕਦੇ ਹੋ, ਅੰਮ੍ਰਿਤਸਰ ਜਿਵੇਂ ਨਹੀਂ ਵੇਟ ਕਰਵਾਉਣ ਜਾਂਦੇ ਏਅਰਪੋਰਟ 'ਚ ਐਂਟਰੀ ਨਹੀਂ ਕਰਨ ਦਿੰਦੇ। ਲਓ ਜੀ, ਆਪਾਂ ਬਹਿ ਗਏ ਜੀ ਹੁਣ ਜਹਾਜ਼ 'ਚ ਅਤੇ ਆਪਾਂ ਬੜੇ ਖੁਸ਼ ਜੇ। ਉਹ ਇਸ ਕਰਕੇ ਮੈਂ ਬੜੀ ਖੁਸ਼ ਹਾਂ ਕਿਉਂਕਿ ਮੈਨੂੰ ਵਿੰਡੋ ਸਾਈਡ ਸੀਟ ਮਿਲੀ ਆ ਅਤੇ ਮੈਨੂੰ ਮਤਲਬ ਸ਼ੌਂਕ ਸੀ ਕਿ ਮੈਂ ਵਿੰਡੋ ਸਾਈਡ ਸੀਟ ਮਿਲੇ ਮੈਨੂੰ ਅਤੇ ਮੈਂ ਉੱਥੇ ਸਫ਼ਰ ਕਰਾਂ ਆਪਣਾ। ਅਤੇ ਵਾਹਿਗੁਰੂ ਦੀ ਮੇਰ ਨਾਲ ਮੈਨੂੰ ਵਿੰਡੋ ਸਾਈਡ ਸੀਟ ਮਿਲੀ ਅਤੇ ਮੈਂ ਬੜੀ ਖੁਸ਼ ਹਾਂ। ਮੈਂ ਸੋਚਿਆ ਦਲਜੀਤ ਕੌਰ ਹੁਣ ਕਰ ਲਾ ਛੋਟੀ ਜਿਹੀ ਵੀਡੀਓ ਸ਼ੂਟ ਅਤੇ ਆਪਾਂ ਵੀਡੀਓ ਸ਼ੂਟ ਕਰਨੀ ਸ਼ੁਰੂ ਕੀਤੀ ਅਤੇ ਜ਼ਿਆਦਾ ਤਾਂ ਨਹੀਂ ਸੀ ਦਿਖਦਾ ਪਰ ਆਹ ਖੰਭ ਜਿਹਾ ਦਿਖਦਾ ਸੀ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਤੇ ਆ ਖੰਭ ਦੇ ਵਿੱਚੋਂ ਖੰਭ ਖੁੱਲਦਾ ਸੀ ਅਤੇ ਮੇਰਾ ਜਹਾਜ਼ ਹੁਣ ਉੱਡਦਾ ਪਿਆ ਉੱਪਰ ਨੂੰ। ਜਦੋਂ ਖੰਭ ਥੱਲੇ ਨੂੰ ਆਉਂਦਾ ਸੀ ਤਾਂ ਦਿਲ ਥੋੜ੍ਹਾ ਜਿਹਾ ਥੱਲੇ ਨੂੰ ਆ ਜਾਂਦਾ ਸੀ, ਜਦੋਂ ਖੰਭ ਠੀਕ ਜਿਹਾ ਚੱਲਦਾ ਸੀ ਦਿਲ ਵੀ ਠੀਕ ਹੋ ਜਾਂਦਾ ਸੀ। ਮੀਨਸ ਵਧੀਆ ਲੱਗਦਾ ਵਾ ਅਤੇ ਥੋੜ੍ਹੀ ਘਬਰਾਹਟ ਤਾਂ ਹੁੰਦੀ ਆ ਵਿੰਡੋ ਸਾਈਡ, ਪਰ ਫਿਰ ਮਨ 'ਚ ਇਹ ਆਸਾ ਲਈਦਾ ਕਿ ਕੋਈ ਗੱਲ ਨਹੀਂ, ਅਸੀਂ ਜਿਹੜੇ ਇਕੱਲੇ ਹਾਂ ਸਾਰੇ ਸਾਡੇ ਨਾਲ ਹੀ ਆ। ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਕੈਨੇਡਾ ਦੀ ਜਰਨੀ ਦਾ, ਬਹੁਤ ਇੰਜੋਏ ਵੀ ਕੀਤਾ, ਬਹੁਤ ਚੰਗਾ ਵੀ ਲੱਗਿਆ। ਸਾਰੀ ਫੈਮਿਲੀ ਨੂੰ ਮੇਰੇ ਨਾਲ ਬਹੁਤ ਅਟੈਚਮੈਂਟ ਹੋ ਗਈ ਕਿਉਂਕਿ ਮੈਂ 5 ਮੰਥ ਉਹਨਾਂ ਕੋਲ ਲੈ ਕੇ ਆਈ, ਉਹ ਸਾਰੇ ਵੀ ਮੈਨੂੰ ਬਹੁਤ ਜ਼ਿਆਦਾ ਮਿਸ ਕਰਦੇ ਪਏ ਸੀ। ਅਤੇ ਲਓ ਜੀ, ਹੁਣ ਆਪਾਂ ਖੰਭ ਵੀ ਬਸ ਵੇਖੀ ਜਾ ਰਹੇ ਸੀ ਕਿਉਂਕਿ ਥੱਲੇ ਤਾਂ ਬਹੁਤ ਘੱਟ ਦੇਖਦਾ ਸੀ, ਬੱਦਲ ਜਿਹੇ ਦੇਖਦੇ ਸੀ ਅਤੇ ਹੋਰ ਜ਼ਿਆਦਾ ਕੁਛ ਨਹੀਂ ਸੀ ਦਿਖਾਈ ਦੇ ਰਿਹਾ। ਅਤੇ ਮੈਂ ਇੰਨੀ ਕੁ ਵੀਡੀਓ ਸ਼ੂਟ ਕੀਤੀ। ਜੇ ਤੁਹਾਨੂੰ ਮੇਰੀ ਵੀਡੀਓ ਮੇਰੀ ਜਰਨੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਅਤੇ ਠੀਕ ਹੈ, ਫਿਰ ਮਿਲਨੇ ਆ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਇੰਡੀਆ 'ਚ।